छोटी टक्कर नहीं लई हुई किसानों ने सेंटर नाल लई हुई उहदे विच तूं तां लगणगी इहदे विच किसानों नूं भी पहलां पता सानूं भी पता सीगा। रश वध रिहा है, ट्रैक्टर ट्रालियां दी गैदरिंग वध रही है ते जिहड़े किसान ने ठंड के बावजूद इन्ने खराब वैदर के बावजूद भी उन्हां दी अखां दे विच जित दी झलक है ते उन्हां दे हौसले दुगणे होए पए ने। सुप्रीम कोर्ट का सत्कार करते हैं असी सारे भारत च रहने वाले, पर जिहड़ा होल्ड करना कोई मसले का हल नहीं हुंदा, लटकाउणा है। पर सुप्रीम कोर्ट ने यह भी कहा कि संघर्ष भी किसान आपका जारी रख सकते हैं। आत्महत्या किसी भी मसले का हल नहीं होंगी, असी स्टेज पर भी कह के आए हैं साडे भरावां नूं चढ़दी कला वाला मोर्चे नूं चढ़दी कला वाला बनाने की कोशिश करो। जिहड़ा खुदकुशियां दे राह प्लीज़ कृपा करके ये ना अपनाओ, क्योंकि इस दे नाल मोर्चे नूं भी साडियां जो खबरां जांदियां ने भी इदां इदां होया ते असी तां लड़न आए हैं, लड़न दे विच चढ़दी कला होनी चाहिए जो मोर्चा जितना होवे। किसान ने किसानों दी समस्यावां बॉलीवुड वालों नूं की पता, जां असीं कह लईए असीं सिंगरां सां तां परमात्मा ने जहाजां 'च चाढ़ता। असीं शुरू दे विच खेती कीती हुई है, सानूं दर्द महसूस है किसानां दा, असीं आप खेतीबाड़ी खाल गोडे होए ने। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਮਨੀਸ਼ਾ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਦਿੱਲੀ ਵਿਖੇ ਡਟਿਆ ਹੋਇਆ ਹੈ ਤੇ ਕਲਾਕਾਰ ਭਾਈਚਾਰਾ ਵੀ ਇਸ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਨਾਲ ਲੜ ਰਿਹਾ ਹੈ। ਇਸ ਸਮੇਂ ਸਾਡੇ ਨਾਲ ਹਰਜੀਤ ਹਰਮਨ ਜੀ ਨੇ, ਸੋਨਾ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਸਰ, ਜਿਹੜੇ ਕਿਸਾਨੀ ਸੰਘਰਸ਼ ਲਗਾਤਾਰ ਡਟਿਆ ਹੋਇਆ, ਤੁਸੀਂ ਵੀ ਪਹਿਲਾਂ ਵੀ ਆਏ ਹੋ, ਹੁਣ ਵੀ ਆਏ ਹੋ, ਕਿਸਾਨੀ ਸੰਘਰਸ਼ ਤੇ ਬਹੁਤ ਜ਼ਿਆਦਾ ਤੌਮਤਾ ਲੱਗ ਰਹੇ ਨੇ, ਵੱਖਵਾਦੀ ਅੱਤਵਾਦੀ ਅਨਪੜ੍ਹ ਕਿਹਾ ਜਾ ਰਿਹਾ ਹੈ, ਤੁਹਾਨੂੰ ਲੱਗਦਾ ਕਿ ਇੱਥੇ ਉਹ ਸਭ ਬੈਠੇ ਨੇ? ਕਿਉਂਕਿ ਛੋਟੀ ਟੱਕਰ ਨਹੀਂ ਲਈ ਹੋਈ ਕਿਸਾਨਾਂ ਨੇ ਸੈਂਟਰ ਨਾਲ ਲਈ ਹੋਈ ਹੈ, ਉਹਦੇ ਵਿੱਚ ਤੂੰ ਤਾਂ ਲੱਗਣੀ ਹੈ। ਇਹਦੇ ਵਿੱਚ ਕਿਸਾਨਾਂ ਨੂੰ ਵੀ ਪਹਿਲਾਂ ਪਤਾ, ਸਾਨੂੰ ਵੀ ਪਤਾ ਸੀਗਾ, ਪਰ ਖੁਸ਼ੀ ਦੀ ਗੱਲ ਹੈ ਕਿ ਜਿੰਨਾ ਸਰਕਾਰ ਲਟਕਾ ਰਹੀ ਹੈ ਤੇ ਮੋਰਚਾ ਉਨਾ ਹੀ ਦੁੱਗਣਾ ਤਿੱਗਣਾ ਹੋ ਰਿਹਾ ਹੈ। ਰਸ਼ ਵੱਧ ਰਿਹਾ ਹੈ, ਟਰੈਕਟਰ ਟਰਾਲੀਆਂ ਦੀ ਗੈਦਰਿੰਗ ਵੱਧ ਰਹੀ ਹੈ ਤੇ ਜਿਹੜੇ ਕਿਸਾਨ ਨੇ ਠੰਡ ਦੇ ਬਾਵਜੂਦ ਇੰਨੇ ਖਰਾਬ ਵੈਦਰ ਦੇ ਬਾਵਜੂਦ ਵੀ ਉਹਨਾਂ ਦੀ ਅੱਖਾਂ ਦੇ ਵਿੱਚ ਜਿੱਤ ਦੀ ਝਲਕ ਹੈ ਤੇ ਉਹਨਾਂ ਦੇ ਹੌਸਲੇ ਦੁੱਗਣੇ ਹੋਏ ਪਏ ਨੇ। ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਤਰੀਕੇ ਨਾਲ ਕੇਂਦਰ ਸਰਕਾਰ ਨੂੰ ਝਾੜ ਪਾ ਕੇ ਕਿਹਾ ਕਿ ਅਗਰ ਤੁਹਾਡੇ ਤੋਂ ਬਿੱਲ ਹੋਲਡ ਨਹੀਂ ਹੁੰਦੇ ਤਾਂ ਅਸੀਂ ਕਰ ਦਿੰਨੇ ਆ, ਉਹਨਾਂ ਨੇ ਹੋਲਡ ਕਰ ਦਿੱਤੇ ਨੇ ਬਿੱਲ। ਕੀ ਲੱਗਦਾ ਕਿ ਕਿਸਾਨਾਂ ਦੇ ਹਿੱਤ ਦੀ ਉਹਨਾਂ ਨੇ ਕਿਤੇ ਨਾ ਕਿਤੇ ਗੱਲ ਕੀਤੀ ਹੈ ਕਿ ਨਹੀਂ? ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹਾਂ ਅਸੀਂ ਸਾਰੇ ਭਾਰਤ 'ਚ ਰਹਿਣ ਵਾਲੇ, ਪਰ ਜਿਹੜਾ ਹੋਲਡ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ, ਲਟਕਾਉਣਾ ਹੈ। ਪਰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸੰਘਰਸ਼ ਵੀ ਕਿਸਾਨ ਆਪਦਾ ਜਾਰੀ ਰੱਖ ਸਕਦੇ ਨੇ। ਉਹ ਸਾਡੇ ਬਾਬੇ ਦੀ ਓਟ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਜਿੱਤ ਇਹਨਾਂ ਦੀ ਯਕੀਨੀ ਹੈ, ਕਿਉਂਕਿ ਪਰਮਾਤਮਾ ਦੇ ਲੋਕ ਨੇ, ਪਰਮਾਤਮਾ ਖੁਦ ਇਹਨਾਂ 'ਚ ਆਪ ਸਹਾਈ ਹੋ ਕੇ ਇਹਨਾਂ ਦਾ ਮੋਰਚਾ ਇੱਥੇ ਤੱਕ ਲੈ ਕੇ ਆਇਆ ਤੇ ਅੱਗੇ ਵੀ ਜਿੱਤ ਪ੍ਰਾਪਤ ਕਰਾਓ। 4 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨਾਂ ਵੱਲੋਂ ਕਿ ਉਹਨਾਂ ਵੀ ਉਹੀ ਮਿੰਕੀ ਕਿਸਾਨਾਂ ਦੇ ਲੜਨਗੇ, ਬਟ ਉਹਨਾਂ ਵਿੱਚੋਂ ਇੱਕ ਮੈਂਬਰ ਨੇ ਉਹਨਾਂ ਨੇ ਇਨ ਤੋਂ ਬਾਈਕਾਟ ਕਰਦਾ ਨਾ ਕਰ ਦਿੱਤੀ ਆ, ਸੋ ਉਹਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਮੈਂ ਤਾਂ ਜਿਹੜੀ ਮੈਸੇਜ ਦਾ ਸੰਘਰਸ਼ ਦੇ ਨਾਲ ਆ, ਕਮੇਟੀਆਂ ਬਣਦੀਆਂ ਨੇ ਟੁੱਟਦੀਆਂ ਨੇ ਉਹ ਇੱਕ ਵੱਖਰੀ ਗੱਲ ਹੈ, ਪਰ ਮੈਨੂੰ ਇੰਨਾ ਯਕੀਨ ਹੈ ਕਿ ਜਿਹੜੇ ਕਿਸਾਨ ਨੇ ਇਹ ਸੰਘਰਸ਼ ਜਿੱਤ ਕੇ ਹੀ ਮੁੜਨਗੇ। ਯੂਥ ਆ ਜਿਹੜਾ ਉਹ ਨਾਲ ਮਿਲਿਆ ਆ, ਮਤਲਬ ਕਿ ਨਾਲ ਸ਼ੁਰੂ ਤੋਂ ਚੱਲਦਾ ਆਇਆ, ਉਹਨਾਂ ਨੂੰ ਅਨਪੜ੍ਹ ਕਿਹਾ ਜਾਂਦਾ ਸੀ, ਉੜਤਾ ਪੰਜਾਬ ਬਾਲੀਵੁੱਡ ਵੱਲੋਂ ਕਿਹਾ ਜਾਂਦਾ ਸੀ, ਸੋ ਕੀ ਕਹਿਣਾ ਚਾਹੋਗੇ? ਬਿਲਕੁਲ, ਮੈਨੂੰ ਲੱਗਦਾ ਇਹ ਮੋਰਚਾ ਇਹੋ ਜਿਹਾ ਬਣ ਗਿਆ, ਦੁਨੀਆ ਦੇਖ ਰਹੀ ਹੈ ਇਸ ਸੰਘਰਸ਼ ਨੂੰ, ਮੈਨੂੰ ਲੱਗਦਾ ਕਿਸੇ ਤੀਰਥ ਸਥਾਨ ਤੇ ਜਾਣ ਨਾਲੋਂ, ਮੱਕੇ ਜਾਣ ਨਾਲੋਂ ਘੱਟ ਨਹੀਂ। ਹਰ ਵਰਗ ਦੇ ਲੋਕ ਨੇ, ਹਰ ਜਾਤ ਦੇ, ਹਰ ਧਰਮ ਦੇ ਲੋਕ ਇਹਦੇ ਵਿੱਚ ਨੇ ਤੇ ਪਰਮਾਤਮਾ ਦੀ ਰਹਿਮਤ ਹੋਈ ਪਈ ਆ ਜਦੋਂ ਇਹਨੂੰ ਦੇਖਦੇ ਹਾਂ ਅਸੀਂ, ਤੁਰ ਕੇ ਆਏ ਹਾਂ ਅਸੀਂ, ਤਾਂ ਮੈਨੂੰ ਉਹੀ ਗੱਲ ਯਾਦ ਆ ਜਾਂਦੀ ਹੈ ਕਿ ਵਾਕਈ ਇਸ ਮੋਰਚੇ ਦੇ ਵਿੱਚ ਪਰਮਾਤਮਾ ਖੁਦ ਇਹਨਾਂ ਲੋਕਾਂ ਦੇ ਵਿੱਚ ਸਹਾਈ ਆ ਤੇ ਫਿਰ ਜਿੱਤ ਵੀ ਯਕੀਨੀ ਹੈ ਜੀ। ਇਹਨਾਂ ਹੁਣ ਦੀ ਲੜਾਈ ਲੜ ਰਹੇ ਇਸ ਸਮੇਂ ਕਿਸਾਨ, ਕਲਾਕਾਰ, ਭਾਈਚਾਰਾ ਸਾਰੇ ਬੈਠੇ ਨੇ, ਬਟ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਨੇ ਜਾਂ ਫਿਰ ਕੋਈ ਹੋਰ ਨੇ ਨੌਜਵਾਨ ਨੇ, ਉਹ ਕਿਤੇ ਨਾ ਕਿਤੇ ਨਿਰਾਸ਼ ਹੋ ਕੇ ਨਾ ਆਤਮਹੱਤਿਆ ਕਰ ਰਹੇ ਨੇ। ਆਤਮਹੱਤਿਆ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ, ਅਸੀਂ ਸਟੇਜ 'ਤੇ ਵੀ ਕਹਿ ਕੇ ਆਏ ਹਾਂ ਸਾਡੇ ਭਰਾਵਾਂ ਨੂੰ ਚੜ੍ਹਦੀ ਕਲਾ ਵਾਲਾ ਮੋਰਚੇ ਨੂੰ ਚੜ੍ਹਦੀ ਕਲਾ ਵਾਲਾ ਬਣਾਉਣ ਦੀ ਕੋਸ਼ਿਸ਼ ਕਰੋ। ਜਿਹੜਾ ਖੁਦਕੁਸ਼ੀਆਂ ਦੇ ਰਾਹ ਪਲੀਜ਼ ਕਿਰਪਾ ਕਰਕੇ ਇਹ ਨਾ ਅਪਣਾਓ, ਕਿਉਂਕਿ ਇਸ ਦੇ ਨਾਲ ਮੋਰਚੇ ਨੂੰ ਵੀ ਸਾਡੀਆਂ ਜਦੋਂ ਖਬਰਾਂ ਜਾਂਦੀਆਂ ਨੇ ਵੀ ਇਦਾਂ ਇਦਾਂ ਹੋਇਆ ਤੇ ਅਸੀਂ ਤਾਂ ਲੜਨ ਆਏ ਹਾਂ, ਲੜਨ ਦੇ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਜਦੋਂ ਮੋਰਚਾ ਜਿੱਤਣਾ ਹੋਵੇ। ਸੋ ਸਾਰਿਆਂ ਨੂੰ, ਭਰਾਵਾਂ ਨੂੰ ਬੇਨਤੀ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ, ਚੱਲਦੇ ਰਹਿੰਦੇ ਨੇ, ਪਰ ਇਹ ਮੋਰਚੇ ਨੂੰ ਸਾਡਾ ਸਾਰਿਆਂ ਦਾ ਮੋਰਚਾ, ਪਰ ਇਹੋ ਜਿਹੀਆਂ ਜਿਹੜੀਆਂ ਖੁਦਕਸੀਆਂ ਆਤਮ ਹੱਤਿਆਵਾਂ ਦਾ ਸਿਲਸਿਲਾ ਇੱਥੇ ਨਹੀਂ ਚੱਲਣਾ ਚਾਹੀਦਾ। ਜਿਹੜਾ ਭਾਈਚਾਰਾ ਉਹ ਤਾਂ ਬਿਲਕੁਲ ਕਿਸਾਨਾਂ ਦੇ ਨਾਲ ਖੜਾ, ਜਿਵੇਂ ਬਾਲੀਵੁੱਡ ਦੀ ਗੱਲ ਕਰ, ਉਹਨਾਂ ਵਿੱਚ ਵੀ ਕੁਝ ਕੁ ਨੇ ਜਿਹੜੇ ਟਵੀਟਸ ਕਰਦੇ ਨੇ, ਜਾਂ ਸਵਰ ਭਾਸਕਰ ਦੀ ਗੱਲ ਕਰ, ਉਹ ਵੀ ਇੱਥੇ ਆ ਕੇ ਬੋਲੇ ਨੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਆ, ਬਟ ਕਿਤੇ ਨਾ ਕਿਤੇ ਕਈ ਕਲਾਕਾਰ ਨੇ ਉਹ ਵਿਰੁੱਧ ਨੇ ਕਿਸਾਨਾਂ ਦੇ, ਵੀ ਇਹਨਾਂ ਨੂੰ ਪਤਾ ਹੀ ਨਹੀਂ ਲੜਦੇ ਕਿਸ ਚੀਜ਼ ਲਈ ਪੈ ਨੇ, ਜਦਕਿ ਬਿੱਲ ਬਿਲਕੁਲ ਸਹੀ ਨੇ। ਬਿਲਕੁਲ ਜੀ, ਕਿਸਾਨਾਂ ਦੀਆਂ ਜਿਹੜਾ ਜਿਸ ਤਨ ਲੱਗ ਗਏ ਸੋ ਤਨ ਜਾਣੇ, ਜਿਹੜੇ ਕਿਸਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਲੀਵੁੱਡ ਵਾਲਿਆਂ ਨੂੰ ਕੀ ਪਤਾ, ਜਾਂ ਅਸੀਂ ਕਹਿ ਲਈਏ ਅਸੀਂ ਸਿੰਗਰਾਂ ਸੰਤਾ ਪਰਮਾਤਮਾ ਨੇ ਜਹਾਜ਼ਾਂ 'ਚ ਚੜ੍ਹਦਾ, ਅਸੀਂ ਸ਼ੁਰੂ ਦੇ ਵਿੱਚ ਖੇਤੀ ਕੀਤੀ ਹੋਈ ਆ, ਸਾਨੂੰ ਦਰਦ ਮਹਿਸੂਸ ਹੈ ਕਿਸਾਨਾਂ ਦਾ, ਅਸੀਂ ਆਪ ਖੇਤੀਬਾੜੀ ਖਾਲ ਗੋਡੇ ਹੋਏ ਨੇ। ਹਮੇਸ਼ਾ ਆਪਣੇ ਗੀਤਾਂ ਰਾਹੀਂ ਵੀ ਤੁਸੀਂ ਇਹ ਬਿਆਨ ਕੀਤਾ ਹੈ, ਤੇ ਜਿਹਨੂੰ ਨਹੀਂ ਪਤਾ ਉਹਨਾਂ ਬਾਰੇ ਮੈਂ ਗੱਲੇ ਨਹੀਂ ਕਰਨੀ ਚਾਹੂੰਗਾ, ਉਹਨਾਂ ਨੂੰ ਠੀਕ ਲੱਗਦੇ ਹੋਣੇ, ਸਾਰੀ ਦੁਨੀਆ ਨਾਲ ਆਪਾਂ ਸਹਿਮਤ ਨਹੀਂ ਹੋ ਸਕਦੇ, ਪਰ ਜਿਹਨੂੰ ਮਰਜ਼ੀ ਪੁੱਛ ਲਓ ਪੂਰੇ ਬੁੱਧੀਜੀਵੀ ਨੂੰ, ਇਹ ਬਿੱਲ ਨੇ ਜਿਹੜੇ ਟੇਢੇ ਢੰਗ ਨਾਲ ਕਿਸਾਨੀ 'ਤੇ ਹਮਲਾ ਕਰਦੇ ਨੇ, ਉਹਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ, ਉਹਨਾਂ ਨੂੰ ਆਰਥਿਕ ਤੌਰ 'ਤੇ ਮਾਰਨ ਦੀ ਇਹਨਾਂ ਦੇ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਨੇ, ਸੋ ਇਹਨਾਂ ਦੀ ਵਾਪਸੀ ਹੀ ਕਿਸਾਨ ਦਾ ਭਲਾ ਹੈ।
ਤੁਸੀਂ ਕਿਸਾਨੀ ਪ੍ਰਤੀ ਆਪਣੀ ਆਵਾਜ਼ ਹੈ ਜਿਹੜੀ ਗੀਤਾ ਪ੍ਰਤੀ ਬੁਲੰਦ ਕੀਤੀ ਹੈ ਸੋ ਦੋ ਬੋਲ ਜ਼ਰੂਰ ਸਾਂਝੇ ਕਰਿਓ ਦਬਲੀ ਕਰਜੇ ਨੇ ਕਿਰਸਾਨੀ ਛੱਡ ਤੁਰ ਚੱਲੀ ਵਤਨ ਜਵਾਨੀ ਲੋਕੋ ਕਿਸ ਕੰਮ ਦੀ ਕੁਰਬਾਨੀ ਓਏ ਜਿੱਤ ਕੇ ਵੀ ਜੇ ਹਰਨਾ ਸੀ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਨਾ ਸੀ ਬਸ साबित कर दिया कि किसानों खड़े ने उड़ता पंजाब नहीं है। सो सिंघू बॉर्डर तो इसी तरह हर एक अपडेट रूबरू करते रहेंगे, तद तक मैंने इजाजत धन्यवाद।